हरेक किसान हरेक कह रहा कि असीं जिहड़ी घट तो घट पराली साड़न की कोशिश करांगे। छोटे छोटे किसान आ जिहड़े उन्हां ने कुछ मंगा रखियां अपनियां। ਸਾਡਾ ਇਹ ਆ ਵੀ ਛੋਟੇ ਕਿਸਾਨਾਂ ਵਾਸਤੇ ਵੀ ਸਰਕਾਰ ਕੁਝ ਨਾ ਕੁਝ ਕਰੇ। ਦੇਖੋ ਜੀ ਬਹੁਤ ਵਧੀਆ ਰਿਸਪੋਂਸ ਰਿਹਾ ਵਾ। ਹਰੇਕ ਕਿਸਾਨ ਹਰੇਕ ਕਹਿ ਰਿਹਾ ਕਿ ਅਸੀਂ ਜਿਹੜੀ ਘੱਟ ਤੋਂ ਘੱਟ ਪਰਾਲੀ ਸਾੜਨ ਦੀ ਕੋਸ਼ਿਸ਼ ਕਰਾਂਗੇ। ਛੋਟੇ ਛੋਟੇ ਕਿਸਾਨ ਆ ਜਿਹੜੇ ਉਹਨਾਂ ਨੇ ਕੁਛ ਮੰਗਾਂ ਰੱਖੀਆਂ ਆਪਣੀਆਂ ਕਿ ਸਾਡੇ ਕੋਲ ਸੰਦ ਪੂਰੇ ਨਹੀਂ ਹੁੰਦੇ। ਬਾਕੀ ਆਲ ਦਾ ਬੈਸਟ ਹੀ ਰਿਹਾ ਸਾਰਾ ਕਿ ਵਧੀਆ ਪ੍ਰੋਗਰਾਮ ਰਿਹਾ ਵਾ, ਸਾਰੇ ਸਾਡੇ ਨਾਲ ਦੇਣ ਡਏ ਨੇ। ਇਸ ਵਾਰ ਜੇ ਗੱਲ ਕਰੀਏ ਤਾਂ ਪਹਿਲਾਂ ਦੀ ਤਰ੍ਹਾਂ ਨਾਲੋਂ ਬਹੁਤ ਘੱਟ ਪਰਾਲੀ ਸੜੀ ਹੈ। ਪਹਿਲਾਂ ਬਹੁਤ ਜ਼ਿਆਦਾ ਮਤਲਬ ਸੀ ਪਰਾਲੀ ਨੂੰ ਅੱਗ ਲੱਗਦੀ ਸੀ, ਬਟ ਇਸ ਵਾਰ ਬਹੁਤ ਘੱਟ ਸੜੀ ਹੈ। ਮੈਂ ਫਿਰ ਵੀ ਇੱਕ ਅਪੀਲ ਕਰਨਾ ਚਾਹੁੰਦੀ ਹਾਂ ਸਾਰਿਆਂ ਨੂੰ ਕਿ ਸਾਨੂੰ ਪਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ। ਇਹਦੇ ਨਾਲ ਸਾਡੇ ਆਉਣ ਵਾਲੀ ਪੀੜ੍ਹੀ ਦੇ ਉੱਤੇ ਬਹੁਤ ਵੱਡਾ ਨੁਕਸਾਨ ਜਿਹੜਾ ਕਿ ਦੇਖਣ ਨੂੰ ਮਿਲ ਸਕਦਾ। ਬੱਚਿਆਂ ਨੂੰ ਸਾਹ ਰੋਗ, ਬੱਚਿਆਂ ਤੋਂ ਲੈ ਕੇ ਜੇ ਬਜ਼ੁਰਗਾਂ ਤੱਕ ਦੀ ਗੱਲ ਕਰੀਏ ਤਾਂ ਇਹ ਸਾਹ ਦੀ ਪ੍ਰੋਬਲਮ, ਟੈਗ ਦੀ ਪ੍ਰੋਬਲਮ ਜਿਹੜੀ ਬਣ ਰਹੀ ਹੈ, ਇਹ ਸਾਨੂੰ ਨਹੀਂ, ਪਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ। ਅਸੀਂ ਸਾਰਿਆਂ ਨੂੰ ਇਹੀ ਅਪੀਲ ਕਰਦੇ ਹਾਂ।